ਮੇਡ ਇਨ ਇੰਡੀਆ ਕਲੱਬ ਮੋਗਾ ਵੱਲੋਂ ਕੋਰੋਨਾ ਦੀ ਭਿਆਨਕ ਮਹਾਮਾਰੀ ਦੌਰਾਨ ਹਰ ਹਫ਼ਤੇ ਲੰਗਰ ਤਿਆਰ ਕਰਕੇ ਜ਼ਰੂਰਤਮੰਦਾਂ ਤੱਕ ਪਹੁੰਚਾਇਆ ਜਾਂਦਾ ਹੈ। ਇਸ ਕਲੱਬ ਦੇ ਮੈਂਬਰਾਂ ਦੀ ਖਾਸੀਅਤ ਇਹ ਹੈ ਕਿ ਇਸ ਕਲੱਬ ਦੇ ਨੌਜਵਾਨ ਸਮਾਜ ਸੇਵਾ ਦੇ ਨਾਲ ਨਾਲ ਆਪਣੀ ਸਟੱਡੀ ਵੀ ਕਰ ਰਹੇ ਹਨ। ਅੱਜ ਸਾਡੇ ਚੈਨਲ ਦੀ ਟੀਮ ਵੱਲੋਂ ਫੀਡ ਇਨ ਇੰਡੀਆ ਕਲੱਬ ਦੇ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮੋਗਾ ਦੇ ਸ਼ਹਿਰ ਵਿੱਚ ਦਾਣਾ ਮੰਡੀ ਵਿੱਚ ਖੜੇ ਹਾਂ। ਸਾਡੇ ਨਾਲ ਫੀਡ ਇਨ ਇੰਡੀਆ ਦੇ ਕਲੱਬ ਦੇ ਮੈਂਬਰ ਸਾਡੇ ਨਾਲ ਖੜੇ ਨੇ। ਉਹ ਇੱਕ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਪ੍ਰੋਵਾਈਡ ਕਰਾਉਂਦੇ ਨੇ। ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਕਿਸੇ ਨੇ ਰਮਨਦੀਪ ਜੀ, ਰਮਨਦੀਪ ਜੀ ਤੁਸੀਂ ਕਿੰਨੇ ਪਰਿਵਾਰਾਂ ਨੂੰ ਲੰਗਰ ਖਵਾਉਂਦੇ ਔਰ ਕੀ ਕੀ ਪ੍ਰੋਵਾਈਡ ਕਰਾਉਂਦੇ? ਅਸੀਂ ਹਰ ਹਫ਼ਤੇ ਮਤਲਬ ਸਾਡੇ ਮੈਂਬਰ ਜਿਹੜੇ ਟਾਸਕ ਮਤਲਬ ਆਪਣੇ ਘਰੋਂ ਖਾਣਾ ਬਣਾ ਕੇ ਲੋੜਵੰਦਾਂ ਨੂੰ ਮਤਲਬ ਖਾਣਾ ਸਲੰਬਸ ਏਰੀਆ ਹੋਰ ਵੀ ਜਿਵੇਂ ਲੋੜਵੰਦ ਪਰਿਵਾਰ ਰਹਿੰਦੇ ਉਹਨਾਂ ਨੂੰ ਖਾਣਾ ਮੁਹੱਈਆ ਕਰਾਉਂਦੇ ਹਾਂ। ਤਿਗਨ ਅਸੀਂ ਹਰ ਹਫ਼ਤੇ 500 ਪਰਿਵਾਰਾਂ ਨੂੰ ਖਾਣਾ ਮਤਲਬ ਮੁਹੱਈਆ ਕਰਾਉਂਦੇ ਹਾਂ। ਆਪਣੇ ਘਰੋਂ ਖਾਣਾ ਤਿਆਰ ਕਰਾਉਂਦੇ ਹਾਂ, ਮਤਲਬ ਕਿਤੇ ਬਾਹਰੋਂ ਨਹੀਂ, ਆਪਣੇ ਕਾਰਿਆਕਰਤਾ ਆਪਣੇ ਘਰੋਂ ਹੀ ਤਿਆਰ ਕਰਕੇ ਲੈ ਕੇ ਆਉਂਦੇ ਹਾਂ। ਸਰ, ਅੱਜ ਤੱਕ ਤੁਸੀਂ ਸਰ ਕਿੰਨੇ ਪਰਿਵਾਰਾਂ ਨੂੰ ਖਾਣਾ ਵੰਡ ਚੁੱਕੇ ਹੋ? ਅੱਜ ਤੱਕ ਜੀ ਐਸਟੀਮੇਟ ਲਾਈਏ ਘੱਟੋ ਘੱਟ ਅਸੀਂ 8000 ਪਰਿਵਾਰਾਂ ਨੂੰ ਖਾਣਾ ਖਾ ਚੁੱਕੇ। ਤੁਹਾਡੇ ਮਨ ਵਿੱਚ ਕਿੱਦਾਂ ਉਤਸ਼ਾਹ ਜਾਗਿਆ ਹੈ? ਉਤਸ਼ਾਹ ਮਤਲਬ ਤਰਨਿੰਦਰ ਜੀ ਨੇ ਦੱਸਿਆ ਕਿ ਉਹ ਇਹਨਾਂ ਦੇ ਹੈੱਡ ਜਿਹੜੇ ਅੰਕੀ ਜੀ ਸਾਡੇ ਮਤਲਬ ਨੈਸ਼ਨਲ ਹੈੱਡ ਆ ਟੀਮ ਦੇ, ਵੀ ਜਿਹੜਾ ਖਾਣਾ ਵੇਸਟ ਵੀ ਹੁੰਦਾ ਜਾਂ ਹੋਰ ਵੀ ਮਤਲਬ ਲੰਗਰ ਲਾਉਂਦੇ ਹਾਂ, ਵੀ ਲੰਗਰ ਦੇ ਵਿੱਚ ਕੁਝ ਜਗ੍ਹਾ 'ਤੇ ਮਤਲਬ ਸਾਡੇ ਕੋਲ ਇੱਕ ਜਗ੍ਹਾ 'ਤੇ ਆਪਾਂ ਲੰਗਰ ਲਾ ਲਿਆ ਪਰਟੀਕੁਲਰਲੀ, ਕੁਝ ਬੰਦੇ ਆਉਂਦੇ ਆ ਸਾਰੇ ਮਤਲਬ ਬੰਦੇ ਜਗ੍ਹਾ ਜਗ੍ਹਾ 'ਤੇ ਜਾ ਕੇ ਵੀ ਜਿਵੇਂ ਏਰੀਏ ਸ਼ਹਿਰ ਦੇ ਵਿੱਚ ਕਈ ਸਲੰਬਸ ਏਰੀਆ ਹੈ ਉੱਥੇ ਜਾ ਕੇ ਅਸੀਂ ਖਾਣਾ ਮੁਹੱਈਆ ਕਰਾਉਂਦੇ ਹਾਂ। ਅੱਜ ਅਸੀਂ ਦਾਣਾ ਮੰਡੀ ਮੋਗਾ ਦੇ ਵਿੱਚ ਖੜ੍ਹੇ ਹਾਂ, ਜੋ ਕਿ ਫੀਡਿੰਗ ਇੰਡੀਆ ਕਲੱਬ ਸਾਡੇ ਨਾਲ ਕੁਛ ਮੈਂਬਰ ਉਹਨਾਂ ਨਾਲ ਖੜ੍ਹੇ ਆ, ਜੋ ਕਿ ਹਰੇਕ ਵੀਕਲੀ ਹਫ਼ਤੇ ਬਾਅਦ ਲੋੜਵੰਦ ਪਰਿਵਾਰਾਂ ਨੂੰ ਇੱਥੇ ਖਾਣਾ ਮੁਹੱਈਆ ਕਰਾਉਂਦੇ ਨੇ, ਬਹੁਤ ਵਧੀਆ ਉਪਰਾਲਾ ਕਰਾਉਂਦੇ ਨੇ। ਇਹਨਾਂ ਕੁਛ ਜਾਣਕਾਰੀ ਲੈਣਾ ਚਾਹੋਗੇ? ਸਾਡੇ ਨਾਲ ਇਸ ਟਾਈਮ ਖੜ੍ਹੇ ਨੇ ਮਾਨਸ਼ੂ ਅਗਰਵਾਲ ਜੀ। ਮਾਨਸ਼ੂ ਅਗਰਵਾਲ ਜੀ, ਸਰ ਤੁਸੀਂ ਕੀ ਸਾਨੂੰ ਜਾਣਕਾਰੀ ਦੇਣਾ ਚਾਹੋਗੇ ਜੋ ਤੁਸੀਂ ਖਾਣਾ ਪ੍ਰੋਵਾਈਡ ਕਰਾਉਂਦੇ ਹੋ? ਸਰ, ਸਾਡੀ ਜੋ ਕਿ ਹੈ ਸੰਸਥਾ ਫੀਡਿੰਗ ਇੰਡੀਆ ਮੋਗਾ, ਇਸ ਨਾਲ ਅਸੀਂ ਕਿ ਹਫ਼ਤੇ ਦੇ ਹਫ਼ਤੇ ਜੋ ਕਿ ਹੈ ਸਾਰੇ ਜਿਹੜੇ ਮੈਂਬਰ ਨੇ ਸਾਡੇ 20-25 ਮੈਂਬਰਸ ਨੇ, ਸਾਰੇ ਆਪਣੇ ਆਪਣੇ ਘਰੋਂ ਖਾਣਾ ਬਣਾ ਕੇ ਲੈ ਕੇ ਆਉਂਦੇ ਨੇ, ਅਤੇ ਜੋ ਸਲੰਬਸ ਏਰੀਆ ਨੇ ਹੈਗੇ ਕੁਛ ਜਾਂ ਕਿਤੇ ਜਿੱਥੇ ਵੀ ਸਾਨੂੰ ਲੱਗਦਾ ਕਿ ਲੋੜ ਹੈਗੀ ਹੈ, ਉੱਥੇ ਅਸੀਂ ਕਿ ਉਹਨਾਂ ਪਰਿਵਾਰਾਂ ਨੂੰ ਖਾਣਾ ਮੁਹੱਈਆ ਕਰਵਾਉਂਦੇ ਹਾਂ। ਇਹ ਖਾਣਾ ਤੁਸੀਂ ਕਿੰਨੇ ਕੁ ਪਰਿਵਾਰਾਂ ਨੂੰ ਅੱਜ ਤੱਕ ਖਾਣਾ ਮੁਹੱਈਆ ਕਰਾ ਚੁੱਕੇ? ਸਰ, ਜਿੱਦਾਂ ਇਹ ਸਾਡੀ ਜਿਹੜੀ ਹੈਗੀ ਹੈ 8 ਮਹੀਨੇ ਤੋਂ ਪਿਛਲੇ 8 ਮਹੀਨੇ ਤੋਂ ਚੱਲ ਰਹੀ ਹੈਗੀ ਹੈ, ਅਤੇ ਜੋ ਸਾਡਾ ਵੀਕਲੀ ਟਾਰਗੇਟ ਹੈਗਾ ਅਪਰੋਕਸੀਮੇਟਲੀ 250 ਤੋਂ 300 ਬੰਦੇ ਨੂੰ ਅਸੀਂ ਕਿ ਖਾਣਾ ਮੁਹੱਈਆ ਕਰਵਾਉਂਦੇ ਹਾਂ। ਜਿਵੇਂ ਗੱਲ ਕਰੀਏ ਕਿ ਇਹਨਾਂ ਨੇ ਬਹੁਤ ਵਧੀਆ ਉਪਰਾਲਾ, ਬਹੁਤ ਵਧੀਆ ਕੰਮ ਕਰ ਰਹੇ ਨੇ, ਬਹੁਤ ਵਧੀਆ, ਕਿੱਡਾ ਵਧੀਆ ਇਹਨਾਂ ਨੇ ਕਲੱਬ ਬਣਾ ਕੇ, ਨੌਜਵਾਨ ਨੇ ਪੜ੍ਹਦੇ, ਸਟੱਡੀ ਵੀ ਨਾਲ ਕਰਦੇ ਆ, ਨਾਲ ਨਾਲ ਲੋੜਵੰਦ ਪ੍ਰੋਗਰਾਮ ਸੇਵਾ ਵੀ ਕਰਦੇ ਆ। ਇਸ ਟਾਈਮ ਖੜ੍ਹੇ ਨੇ ਅਸੀਂ, ਗੱਲ ਕਰੀਏ ਕੀ ਸਰ ਤੁਹਾਨੂੰ? ਨਰਿੰਦਰ ਜੀ ਖੜ੍ਹੇ ਨੇ ਜੋ ਕਿ ਸਾਡੇ ਨਾਲ ਗੱਲਬਾਤ ਕਰਨ ਚਾਹੁੰਦੇ। ਸਰ, ਤੁਸੀਂ ਕੀ ਸਾਨੂੰ ਦੱਸਣਾ ਚਾਹੋਗੇ ਜੋ ਤੁਸੀਂ ਖਾਣਾ ਪ੍ਰੋਵਾਈਡ ਕਰਾਉਂਦੇ ਹੋ? ਸਰ, ਇਹ ਸਾਡਾ ਕਲੱਬ ਜਿਹੜਾ ਹੈ ਸਾਰੇ ਕਾਲਜ ਸਟੂਡੈਂਟਸ ਦਾ ਕਲੱਬ ਹੈ। ਅਸੀਂ ਇਹ ਉਪਰਾਲਾ ਤਾਂ ਕਰ ਰਹੇ ਹਾਂ ਸੋ ਦੈਟ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਕਿਸੇ ਚੰਗੇ ਕੰਮ ਵੱਲ ਲੱਗੇ, ਜਿੱਦਾਂ ਕਿ ਆਪਾਂ ਵੇਖਦੇ ਪੰਜਾਬ ਦੇ ਵਿੱਚ ਗਲਤ ਕੰਮ ਵੀ ਕਈ ਕਰ ਰਿਹਾ ਨੌਜਵਾਨ। ਸੋ ਅਸੀਂ ਚਾਹੁੰਦੇ ਹਾਂ ਕਿ ਸਾਰੀ ਆਪਣੀ ਨੌਜਵਾਨ ਪੀੜ੍ਹੀ ਇੱਕ ਚੰਗੇ ਕੰਮ ਵੱਲ ਲੱਗੇ, ਜਿੱਦਾਂ ਕਿ ਲੋਕਾਂ ਦੀ ਸੇਵਾ ਦੇ, ਤਾਂ ਅਸੀਂ ਇਹ ਕਲੱਬ ਸ਼ੁਰੂ ਕੀਤਾ। ਤੁਸੀਂ ਤੁਹਾਨੂੰ ਕਿੰਨੇ ਦਿਨ ਹੋ ਗਏ ਇਹ ਕਲੱਬ ਸ਼ੁਰੂ ਕੀਤੇ ਨੂੰ? ਇਹ ਕਲੱਬ ਸਾਨੂੰ ਪਿਛਲੇ 8 ਮਹੀਨੇ ਹੋ ਗਏ ਜੀ ਸ਼ੁਰੂ ਕੀਤੇ ਨੂੰ, ਅਤੇ ਅੱਜ ਦੀ ਡੇਟ ਸਾਡੇ ਨਾਲ 15 ਤੋਂ 20 ਮੈਂਬਰ ਸਾਡੇ ਮੋਗੇ ਦੇ, ਇਹਦੇ ਵਿੱਚ ਜੁੜੇ ਸਭ ਨੌਜਵਾਨ ਮੈਂਬਰ ਸਾਡੇ ਹੀ ਮੈਂਬਰ ਨੇ। ਤੁਹਾਡੇ ਮਨ ਵਿੱਚ ਕੀ ਉਤਸ਼ਾਹ ਜਾਗਿਆ ਇਹ ਸੇਵਾ ਕਰਨ ਵਾਸਤੇ? ਸਰ, ਸਾਡੇ ਮੇਨ ਜਿਹੜੇ ਇਹਦੇ ਟੀਮ ਦੇ ਕਲੱਬ ਦੇ ਮੈਂਬਰ ਨੇ ਜਿਹੜੇ ਹੈੱਡ ਨੇ ਉਹ ਹੈਗੇ ਅੰਕਿਤ ਗੋਤਰਾ ਦਿੱਲੀ ਤੋਂ, ਸਾਡੀ ਨੈਸ਼ਨਲ ਲੈਵਲ ਐਨ ਜੀ ਓ। ਸੋ ਅਸੀਂ ਇੱਕ ਵਾਰੀ ਸੁਣਿਆ ਕਪਿਲ ਜਿਹੜੇ ਸ਼ਰਮਾ ਜੀ ਉਹਨਾਂ ਦੇ ਵੈਡਿੰਗ ਦੇ ਵਿੱਚ ਹੀ ਉਹਨਾਂ ਨੇ ਹੈਲਪ ਕੀਤੀ ਸੀ। ਸੋ ਅਸੀਂ ਸੋਚਿਆ ਕਿਉਂ ਉਹ ਦਿੱਲੀ 'ਚ ਕਰ ਸਕਦੇ, ਅਸੀਂ ਮੋਗੇ 'ਚ ਕਿਉਂ ਨਹੀਂ ਕਰ ਸਕਦੇ? ਸੋ ਤਾਂ ਅਸੀਂ ਇਹ ਉਪਰਾਲਾ ਕੀਤਾ ਕਿ ਮੋਗੇ ਦੇ ਵਿੱਚ ਇੱਕ ਸੋਸ਼ਲ ਵਰਕ ਕੰਮ ਸ਼ੁਰੂ ਕੀਤਾ ਜਾਵੇ ਸਾਰੇ ਨੌਜਵਾਨ ਪੀੜ੍ਹੀ ਨੂੰ ਲੈ ਕੇ। ਤਾਂ ਤੁਹਾਡਾ ਇਹ ਕਿੰਨੇ ਮੈਂਬਰਾਂ ਦਾ ਕਲੱਬ ਹੈ ਜੀ, ਕਿੰਨੇ ਮੈਂਬਰਾਂ ਦਾ? ਅਸੀਂ ਸਰ ਅੱਜ ਦੀ ਡੇਟ 'ਚ 20 ਮੈਂਬਰ ਹੈਗੇ ਹਾਂ ਜੀ। ਸ਼ੁਰੂ ਅਸੀਂ 2 ਮੈਂਬਰਾਂ ਤੋਂ ਕੀਤਾ ਅਤੇ ਅੱਜ ਅਸੀਂ 20 ਹੈ ਜੀ। ਕੀ ਖਾਣਾ ਪ੍ਰੋਵਾਈਡ ਕਰਾ ਰਹੇ? ਅਸੀਂ ਸਰ ਡਰਾਈਵ ਦੇ ਵਿੱਚ ਸਾਰੇ ਮੈਂਬਰ ਆਪਣੇ ਘਰੋਂ ਖਾਣਾ ਬਣਾ ਕੇ ਲੈਂਦੇ ਹਾਂ, ਅਤੇ ਜਿਹੜੇ ਲੋੜਵੰਦ ਲੋਕ ਆ ਉਹਨਾਂ ਨੂੰ ਘਰ ਦਾ ਖਾਣਾ ਮੁਹੱਈਆ ਕਰਾਉਂਦੇ, ਜਿਹਦੇ ਵਿੱਚ ਰੋਟੀ, ਦਾਲ, ਚਾਵਲ, ਸਬਜ਼ੀ ਸਾਰਾ ਕੁਝ ਹੁੰਦਾ। ਦਰਪਨ ਨਿਊਜ਼ ਲਈ ਮੋਗਾ ਤੋਂ ਰਾਮ ਸ਼ਰਮਾ ਅਤੇ ਗੁਰਦੇਵ ਖੁਰਾਣਾ ਦੀ ਵਿਸ਼ੇਸ਼ ਰਿਪੋਰਟ।